ਲਿਬਰਲ ਪਾਰਟੀ ਦੇ ਆਗੂ ਸਨੀ ਵਿੱਚ ਸਨ ਜਿੱਥੇ ਕਿ ਉਹਨਾਂ ਲਈ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਲਿਬਰਲ ਆਗੂ ਦੇ ਸਵਾਗਤ ਲਈ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਲਿਬਰਲ ਪਾਰਟੀ ਵੱਲੋਂ ਸਾਰੇ ਨੁਮਾਇੰਦੇ ਉੱਥੇ ਰੈਲੀ ਵਿੱਚ ਪਹੁੰਚੇ ਹੋਏ ਸਨ। ਸਰੀ ਨਿਊਟਨ ਤੋਂ MP ਸੁੱਖ ਧਾਲੀਵਾਲ, ਯਾਨੀ ਕਿ ਆਉਣ ਵਾਲੀਆਂ 21 ਅਕਤੂਬਰ ਦੀਆਂ ਵੋਟਾਂ ਲਈ ਕੈਂਡੀਡੇਟ ਸੁੱਖ ਧਾਲੀਵਾਲ ਨੇ ਇਸ ਰੈਲੀ ਦੀ ਸ਼ੁਰੂਆਤ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਹੁਣ ਐਕਸ਼ਨ ਦਾ ਸਮਾਂ ਹੈ, ਅਸੀਂ ਅੱਗੇ ਵਧਣਾ ਚਾਹੁੰਦੇ ਹਾਂ। ਉਹਨਾਂ ਆਖਿਆ ਕਿ ਸਾਨੂੰ ਹੋਰ ਕੱਟ ਨਹੀਂ ਚਾਹੀਦੇ, ਅਸੀਂ ਇਨਵੈਸਟਮੈਂਟ ਚਾਹੁੰਦੇ ਹਾਂ, ਅਸੀਂ ਖੋਖਲੇ ਵਾਅਦੇ ਨਹੀਂ ਚਾਹੁੰਦੇ, ਅਸੀਂ ਕਾਰਵਾਈ ਚਾਹੁੰਦੇ ਹਾਂ। ਉਹਨਾਂ ਨੇ ਲਿਬਰਲ ਪਾਰਟੀ ਨੂੰ ਚੁਣਨ ਲਈ ਲੋਕਾਂ ਨੂੰ ਅਪੀਲ ਕੀਤੀ ਅਤੇ ਰਣਦੀਪ ਸਰਾਏ, ਜੋ ਕਿ ਸਰੀ ਸੈਂਟਰ ਤੋਂ ਕੈਂਡੀਡੇਟ ਹਨ, ਦੀ ਹੌਸਲਾ ਅਫਜਾਈ ਵੀ ਕੀਤੀ। ਦਿਸ ਇਜ਼ ਅ ਟੀਮ ਦੈਟ ਹੈਜ਼ ਸੈਂਟ ਅ ਕਲੀਅਰ ਮੈਸੇਜ ਫਾਰ ਆਵਰ ਕਮਿਊਨਿਟੀ। ਵੀ ਡੂ ਨਾਟ ਵਾਂਟ ਕਟਸ, ਵੀ ਵਾਂਟ ਇਨਵੈਸਟਮੈਂਟਸ, ਵੀ ਡੂ ਨਾਟ ਵਾਂਟ ਐਮਪੀ ਪ੍ਰੋਮਿਸਸ, ਵੀ ਵਾਂਟ ਐਕਸ਼ਨ। Right on October 21st, this team will send a message in one voice: we want to go forward with Justin Trudeau and not backwards. It is my pleasure to introduce to you my friend and younger brother, someone who brings passion and energy to serve its community, Randeep Srai, the candidate for Surrey Centre.